शिव शक्ति हंस इधर गल सुन मेरी डैडी कित्थे गया वो सब्जी मंगाउणी अद्धी रात हुंदी जांदी आ है जब आवाज मारन डैडी हैगा नहीं मम्मी बाहर तो फिर सब्जी किने लेके आउणी है तू ले मैं तो कोई नहीं जांदी अगे मैं सब्जी लैन जांदी आ मैं की करा पढ़ना तू जा सब्जी वाला देख जाके डैडी देख जाके पर जा तू डैडी जी जल्दी जल्दी चलो मम्मा बुलाउंदी पई आ यार हुणी तां मैं घरों गया ठीक है ना दो मरली घरों की बाहर चले जाओ सौ लगे घरे तां नेरी आ जांदी आ मेरे तो पता नहीं की कराउण आए ने हैं मेरे तो की कराउणा नहीं तू ओ सब्जी किने लेके आणी आ किथे से तुसी अच्छा सब्जी भी हुण मैं जाके लेके आवां मार्केट एना छोटा मोटा काम तां तू कर लिया कर अगे मैं सब्जी लैण जानी आ अच्छा जाके सब्जी लेके अद्धी रात होई जांदी आ ਇੰਨਾ ਔਖਾ ਕਾਹਦੋਂ ਬੋਲਦੀ ਪਿਆਰ ਨਾਲ ਬੋਲ ਪਾ ਉਹ ਮੈਂ ਇੱਥੇ ਨਹੀਂ ਅੱਧੀ ਰਾਤ ਸਬਜ਼ੀਆਂ ਬਣਦੀਆਂ ਤੇ ਦੱਸ ਉਹ ਭਰਾਵੋ ਦੇਖ ਲਓ ਇੱਕ ਸਬਜ਼ੀ ਲੈਣ ਭੇਜਦੀ ਆ ਮੈਨੂੰ ਉੱਪਰੋਂ ਕਿਵੇਂ ਔਖਾ ਹੋ ਕੇ ਬੋਲਦੀ ਆ ਹਾਂ ਤਾਂ ਖਾਣੀ ਨਹੀਂ ਸਬਜ਼ੀ ਤੇ ਖਾਣੀ ਹੈ ਤੇ ਫਿਰ ਕੀ ਹੋ ਗਿਆ ਪਿਆਰ ਨਾਲ ਕਹਦੇ ਵੀ ਜਾ ਕੇ ਸਬਜ਼ੀ ਲਿਆ ਮਾਰਕੀਟੋਂ ਅੱਛਾ ਪਿਆਰ ਨਾਲ ਕਹਦੇ ਉਦੋਂ ਤਾਂ ਕਹਿੰਦੇ ਮੇਰੇ ਨੀਂਦ ਕੋਲੇ ਲਿਆ ਸਬਜ਼ੀ ਰੋਟੀ ਖਾਣੀ ਆ ਮੈਂ ਤੁਹਾਨੂੰ ਕਿੱਥੇ ਦੇ ਦੇ ਸਬਜ਼ੀ ਲਿਆ ਕੇ ਗੱਲਾਂ ਕਹੇ ਹੀ ਕਰਦੀ ਦੱਸ ਉਹ ਪਿਆਰ ਨਾਲ ਬੋਲ ਪਾ ਪਿਆਰ ਨਾਲ ਜਾਨੇ ਕੋਈ ਮੇਰੇ ਜਾਨੂ चटनी ਉਹ ਤੂੰ ਵੱਡ ਖਾਣ ਨੂੰ ਕਾਹਤੋਂ ਪੈਣੀ ਆ ਚਲੇ ਜਾਣਾ ਸਬਜ਼ੀ ਲੈਣ ਹੈ ਤੂੰ ਅੰਦਰ ਵੀ ਮੈਨੂੰ ਕਹਿੰਦੀ ਸਬਜ਼ੀ ਲਿਆ ਸਬਜ਼ੀ ਲਿਆ ਜੇ ਇੱਥੇ ਦੋ ਮੁੰਡਲੀ ਖੜ ਗਿਆ ਤੂੰ ਮੇਰੇ ਮਗਰੀ ਪਈ ਜਾਨੀ ਆ ਹੁਣ ਤੁਸੀਂ ਕਾਹਤੇ ਜਾਣਾ ਵਾ ਮੈਂ ਤਾਂ ਗੱਡੀ ਲੈ ਕੇ ਚੱਲਿਆ ਵਾਂ ਫਿਰ ਮੈਨੂੰ ਵੀ ਲੈ ਕੇ ਚੱਲੋ ਉਹ ਤੂੰ ਚੱਲ ਦਫਾ ਹੋ ਚੱਲ ਚੱਲੋ ਉਹ ਨਾ ਨਾ ਮੈਂ ਲੱਗ ਜਾਂਦਾ ਨਾ 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 ਇਹ ਜੀਆਂ ਚੀਜ਼ਾਂ ਘਰੇ ਸਰਨੇ ਵਾਲੀਆਂ ਹੁੰਦੀਆਂ ਚੱਲ ਚੱਲ ਦੋਰੇ ਮੋੜ ਚੱਲ ਘਰੇ ਨਹੀਂ ਲੈ ਚੱਲ ਨਹੀਂ ਚੱਲ ਤੂੰ ਦੋਰੇ ਮੋੜ ਘਰੇ ਚੱਲ ਤੂੰ ਮੈਂ ਨਹੀਂ ਲੈ ਜਾਣਾ ਲੈ ਚੱਲੋ ਨਹੀਂ 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 ਉਹ ਅੱਖ ਚੁੰਮਾ ਦੇ ਆਉਂਗੀ ਉਹ ਨਹੀਂ ਨਹੀਂ ਤੂੰ ਅੱਖ ਚੁੰਮਾ ਦੇਣਾ ਸਬਜ਼ੀ ਵਾਲੇ ਨੂੰ ਚਲੋ ਯਾਰ ਮਾਰਕੀਟ ਚੱਲਦਾ ਹੁਣ ਮੈਂ ਠੀਕ ਨਾ ਰਣਜੀਤ ਕੌਰ ਨੂੰ ਤਾਂ ਮੈਨੂੰ ਭੇਜਦਾ ਸਬਜ਼ੀ ਲੈਣ ਅੱਜ ਤਾਂ ਮੈਂ ਤੁਹਾਨੂੰ ਆਪਣੇ ਸ਼ਹਿਰ ਦੀ ਔਰ ਜਿੱਥੇ ਮੈਂ ਰਹਿਣਾ ਉੱਥੇ ਦੀ ਮਾਰਕੀਟ ਦਿਖਾਉਣਾ ਵਾ ਜੋ ਹਾਂਜੀ ਜਿਹੜੀ ਮਾਰਕੀਟ ਦੇ ਵਿੱਚ ਮੈਂ ਰਹਿਣਾ ਵਾ ਜਿੱਥੇ ਕਿ ਰਣਜੀਤ ਕੌਰ ਭਾਬੀ ਅਤੇ ਜਿੰਨਾ ਹੰਸ ਸ਼ਕਤੀ ਹੰਸ ਰਹਿਦਾ ਅੱਜ ਤੁਹਾਨੂੰ ਉਹ ਮਾਰਕੀਟ ਦਿਖਾਉਣਾ ਇੱਥੇ ਮੈਂ ਸਬਜ਼ੀ ਲੈਣ ਆਉਣਾ ਰੋਜ਼ ਰਸ ਲੈਣ ਆਉਣਾ ਵਾ ਦੇਖੋ ਬਈ ਆ ਚਲੀਏ ਆਜੋ 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 ਹਾਂਜੀ ਵੀ ਚਲੋ ਚਲੋ ਆ ਤੁਹਾਨੂੰ ਆਪਣੀ ਮਾਰਕੀਟ ਦਿਖਾਈ ਜਾ ਰਿਹਾ ਆਪਾਂ ਸਬਜ਼ੀ ਲੈ ਕੇ ਆਈਏ ਮਦਦ ਕਰਿਓ ਮੇਰੇ ਨਾਲ ਕਿਹੜੀ ਸਬਜ਼ੀ ਲਿਆਉਣੀ ਕਿਹੜੀ ਨਹੀਂ ਲਿਆਉਣੀ ਠੀਕ ਹੈ ਨਾ ਭਾਬੀ ਨੇ ਤਾਂ ਪਤਾ ਨਹੀਂ ਕਿਹੜੀ ਸਬਜ਼ੀ ਗਈ ਆ ਮੈਂ ਆਪਣੀ ਮਰਜ਼ੀ ਨਾਲ ਹੀ ਲਾਈ ਆਇਓ ਯਾਰ ਮਾਰਕੀਟ 'ਚ ਭੀੜ ਹੀ ਬੜੀ ਆ ਠੀਕ ਹੈ ਨਾ ਭੱਜਿਆ ਭੱਜਿਆ ਵੀ ਭੱਜਿਆ ਭੱਜਿਆ तू की करना है इधर हाँ दो मिनट खा लिया चलो उठ खड़ो चलो भी आजो और आप देखिए मार्केट ਡੈਡੀ ਜੀ ਉਹਰੇ ਕੀ ਕਰਦੇ ਪਏ ਤੁਸੀਂ ਤਾਂ ਸਬਜ਼ੀ ਲੈਣ ਚੱਲੇ ਸੀ ਉਹ ਭਰਾਵੋ ਮੈਨੂੰ ਨਹੀਂ ਸਬਜ਼ੀ ਚੰਗੀ ਲੱਗੀ ਮੈਂ ਕਿਹਾ ਚੱਲ ਅੱਜ ਮੂੰਗੀ ਮਸਰੇ ਦਾਲ ਬਣਾਉਣਾ ਨਾਲੇ ਦੇਸੀ ਘਿਓ ਪਾ ਕੇ ਰੋਟੀ ਕੁੱਟ ਕੇ ਖਾਵਾਂਗੇ ਵਧੀਆ ਲੱਗਦੀ ਆ ਨਾਲੇ ਘਰੇ ਤੁਹਾਡੀ ਭਾਬੀ ਨੇ ਚੌਲ ਬਣਾਏ ਹੋਏ ਨੇ ਓਕੇ ਓਕੇ ਜੀ ਸ਼ਕਤੀ ਹੰਸ ਮਾਰਕੀਟ ਜੇ ਸਬਜ਼ੀ ਲੈਣ ਡੈਡੀ ਨੇ ਕੀ ਖਵਾਇਆ ਤੈਨੂੰ ਤੇਰੇ ਵਰਗਾ ਤਾਂ ਡੈਡੀ ਮੇਰਾ ਕੰਜੂਸ ਤੇ ਮੱਖੀ ਚੂਸ ਪੂਰੀ ਮਾਰਕੀਟ ਘੁੰਮੇ ਹਾਂ ਫੇ ਸਬਜ਼ੀ ਮੰਡੀ ਘੁੰਮੇ ਕੁਛ ਨਹੀਂ ਖਵਾਇਆ ਫੇ ਦੁਕਾਨ ਤੇ ਜਾ ਕੇ ਨਾ ਮੂੰਗੀ ਮਸਲੇ ਦੀ ਦਾਲ ਲੈ ਕੇ ਆਂਦੀ ਆ ਪੁੱਤ ਮੈਨੂੰ ਪਤਾ ਵਾ ਜਿੰਨਾ ਤੇਰਾ ਡੈਡੀ ਚੰਜੂਸ ਆ ਨਾ ਮੱਖੀ ਚੂਸ ਆ ਮੈਨੂੰ ਸਾਰੀ ਗੱਲ ਦਾ ਪਤਾ ਵਾ ਮੈਂ ਪਤਾ ਨਹੀਂ ਕਿਵੇਂ ਦਿਨ ਕੱਟੀ ਜਾਂਦੀ ਆ ਮੰਮੀ ਕੰਜੂਸ ਹੁੰਦਾ ਕਿ ਕੰਜੂਸ ਹੁੰਦਾ ਇਹ ਤਾਂ ਮੈਨੂੰ ਵੀ ਨਹੀਂ ਪਤਾਗਾ ਆਪੇ ਦੱਸ ਦੇਣਗੇ ਜਿੰਨਾ ਨੇ ਕਮੈਂਟ ਪੜਨੇ ਆ ਕਰ ਦੇਣੇ ਆ